ਸਾਤਰੀ ਕਾਲ ਮੈਂ ਗੁਰਲੀਨ ਕਰ ਤੁਸੀਂ ਦੇਖ ਰਹੇ ਹੋ 10 ਸਿਟੀ ਹੈਡਲਾਈਨਸ ਪੰਜਾਬ ਵਿੱਚ ਨਸ਼ਾ ਦੇ ਕੇਸਸ ਵਧ ਰਹੇ ਹਨ ਆਏ ਦਿਨ ਕੋਈ ਨਵਾਂ ਕੇਸ ਦੇਖਣ ਨੂੰ ਮਿਲਦਾ ਹੈ ਤੇ ਇਸੇ ਦੇ ਚੱਲਦੇ ਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਡੀਸੀ ਨੇ ਇੱਕ ਆਰਡਰ ਪਾਸ ਕੀਤਾ ਹੈ ਜੀ ਹਾਂ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਹ ਆਰਡਰ ਪਾਸ ਕੀਤਾ ਹੈ ਕਿ ਨਸ਼ਿਆ ਦੀ ਜਾਣਕਾਰੀ ਦੇਣ ਵਾਲੇ ਨੂੰ ਸਰਕਾਰ ਵੱਲੋਂ ਦਿੱਤਾ ਜਾਏਗਾ 51000 ਰੁਪਏ ਦਾ ਨਗਦ ਇਨਾਮ ਉਹਨਾਂ ਨੇ ਕਿਹਾ ਕਿ ਇਹ ਇਨਾਮ ਉਸ ਵਿਅਕਤੀ ਨੂੰ ਉਦੋਂ ਹੀ ਦਿੱਤਾ ਜਾਵੇਗਾ ਜਦੋਂ ਨਸ਼ਾ ਦੀ ਬਰਾਮਦਗੀ ਹੋ ਜਾਵੇਗੀ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਡੀਸੀ ਨੇ ਇਹ ਕਿਹਾ ਕਿ ਇਸ ਦੇ ਲਈ ਉਹ ਇੱਕ ਟੋਲ ਫਰੀ ਨੰਬਰ ਵੀ ਜਾਰੀ ਕਰਨਗੇ ਤਾਂ ਕਿ ਲੋਕ ਜਾਣਕਾਰੀ ਸਰਕਾਰ ਨੂੰ ਈਜ਼ੀਲੀ ਦੇ ਸਕਣ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਸਪੋਰਟ ਕਰਨ ਇਸੇ ਤਰ੍ਹਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਧ ਸਿਟੀ ਹੈਡਲਾਈਨਸ ਸਤਿ ਸ਼੍ਰੀ ਅਕਾਲ ਮੈਂ ਗੁਰਲੀਨ ਕੋ ਤੁਸੀਂ ਦੇਖ ਰਹੇ ਹੋ ਧ ਸਿਟੀ ਹੈਡਲਾਈਨਸ ਪੰਜਾਬ ਵਿੱਚ ਨਸ਼ਾ ਦੇ ਕੇਸਸ ਵਧ ਰਹੇ ਹਨ ਆਏ ਦਿਨ ਕੋਈ ਨਵਾਂ ਕੇਸ ਦੇਖਣ ਨੂੰ ਮਿਲਦਾ ਹੈ ਤੇ ਇਸੇ ਦੇ ਚੱਲਦੇ ਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਡੀਸੀ ਨੇ ਇੱਕ ਆਰਡਰ ਪਾਸ ਕੀਤਾ ਹੈ ਜੀ ਹਾਂ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਹ ਆਰਡਰ ਪਾਸ ਕੀਤਾ ਹੈ ਕਿ ਨਸ਼ਿਆ ਦੀ ਜਾਣਕਾਰੀ ਦੇਣ ਵਾਲੇ ਨੂੰ ਸਰਕਾਰ ਵੱਲੋਂ ਦਿੱਤਾ ਜਾਏਗਾ 51000 ਰੁਪਏ ਦਾ ਨਗਦ ਇਨਾਮ ਉਹਨਾਂ ਨੇ ਕਿਹਾ ਕਿ ਇਹ ਇਨਾਮ ਉਸ ਵਿਅਕਤੀ ਨੂੰ ਉਦੋਂ ਹੀ ਦਿੱਤਾ ਜਾਵੇਗਾ ਜਦੋਂ ਨਸ਼ਿਆ ਦੀ ਬਰਾਮਦਗੀ ਹੋ ਜਾਵੇਗੀ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਡੀਸੀ ਨੇ ਇਹ ਕਿਹਾ ਕਿ ਇਸ ਦੇ ਲਈ ਉਹ ਇੱਕ ਟੋਲ ਫਰੀ ਨੰਬਰ ਵੀ ਜਾਰੀ ਕਰਨਗੇ ਤਾਂ ਕਿ ਲੋਕ ਜਾਣਕਾਰੀ ਸਰਕਾਰ ਨੂੰ ਈਜ਼ੀਲੀ ਦੇ ਸਕਣ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਸਪੋਰਟ ਕਰਨ ਇਸੇ ਤਰ੍ਹਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਧਾ ਸਿਟੀ ਹੈਡਲਾਈਨਸ ਸਤਿ ਸ਼੍ਰੀ ਅਕਾਲ ਮੈਂ ਗੁਰਲੀਨ ਕੋ ਤੁਸੀਂ ਦੇਖ ਰਹੇ ਹੋ ਧਾ ਸਿਟੀ ਹੈਡਲਾਈਨਸ ਪੰਜਾਬ ਵਿੱਚ ਨਸ਼ਾ ਦੇ ਕੇਸਸ ਵਧ ਰਹੇ ਹਨ ਆਏ ਦਿਨ ਕੋਈ ਨਵਾਂ ਕੇਸ ਦੇਖਣ ਨੂੰ ਮਿਲਦਾ ਹੈ ਤੇ ਇਸੇ ਦੇ ਚੱਲਦੇ ਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਡੀਸੀ ਨੇ ਇੱਕ ਆਰਡਰ ਪਾਸ ਕੀਤਾ ਹੈ ਜੀ ਹਾਂ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਹ ਆਰਡਰ ਪਾਸ ਕੀਤਾ ਹੈ ਕਿ ਨਸ਼ਿਆ ਦੀ ਜਾਣਕਾਰੀ ਦੇਣ ਵਾਲੇ ਨੂੰ ਸਰਕਾਰ ਵੱਲੋਂ ਦਿੱਤਾ ਜਾਏਗਾ 51000 ਰੁਪਏ ਦਾ ਨਗਦ ਇਨਾਮ ਉਹਨਾਂ ਨੇ ਕਿਹਾ ਕਿ ਇਹ ਇਨਾਮ ਉਸ ਵਿਅਕਤੀ ਨੂੰ ਉਦੋਂ ਹੀ ਦਿੱਤਾ ਜਾਵੇਗਾ ਜਦੋਂ ਨਸ਼ਿਆ ਦੀ ਬਰਾਮਦਗੀ ਹੋ ਜਾਵੇਗੀ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਡੀਸੀ ਨੇ ਇਹ ਕਿਹਾ ਕਿ ਇਸ ਦੇ ਲਈ ਉਹ ਇੱਕ ਟੋਲ ਫਰੀ ਨੰਬਰ ਵੀ ਜਾਰੀ ਕਰਨਗੇ ਤਾਂ ਕਿ ਲੋਕ ਜਾਣਕਾਰੀ ਸਰਕਾਰ ਨੂੰ ਈਜ਼ੀਲੀ ਦੇ ਸਕਣ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਸਪੋਰਟ ਕਰਨ ਇਸੇ ਤਰ੍ਹਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਸਤਿ ਸ਼੍ਰੀ ਅਕਾਲ ਮੈਂ ਗੁਰਲੀਨ ਕਰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਪੰਜਾਬ ਵਿੱਚ ਨਸ਼ਾ ਦੇ ਕੇਸਸ ਵਧ ਰਹੇ ਹਨ ਆਏ ਦਿਨ ਕੋਈ ਨਵਾਂ ਕੇਸ ਦੇਖਣ ਨੂੰ ਮਿਲਦਾ ਹੈ ਤੇ ਇਸੇ ਦੇ ਚੱਲਦਿਆਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਡੀਸੀ ਨੇ ਇੱਕ ਆਰਡਰ ਪਾਸ ਕੀਤਾ ਹੈ ਜੀ ਹਾਂ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਹ ਆਰਡਰ ਪਾਸ ਕੀਤਾ ਹੈ ਕਿ ਨਸ਼ਿਆ ਦੀ ਜਾਣਕਾਰੀ ਦੇਣ ਵਾਲੇ ਨੂੰ ਸਰਕਾਰ ਵੱਲੋਂ ਦਿੱਤਾ ਜਾਏਗਾ 51000 ਰੁਪਏ ਦਾ ਨਗਦ ਇਨਾਮ ਉਹਨਾਂ ਨੇ ਕਿਹਾ ਕਿ ਇਹ ਇਨਾਮ ਉਸ ਵਿਅਕਤੀ ਨੂੰ ਉਦੋਂ ਹੀ ਦਿੱਤਾ ਜਾਵੇਗਾ ਜਦੋਂ ਨਸ਼ਿਆ ਦੀ ਬਰਾਮਦਗੀ ਹੋ ਜਾਵੇਗੀ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਡੀਸੀ ਨੇ ਇਹ ਕਿਹਾ ਕਿ ਇਸ ਦੇ ਲਈ ਉਹ ਇੱਕ ਟੋਲ ਫਰੀ ਨੰਬਰ ਵੀ ਜਾਰੀ ਕਰਨਗੇ ਤਾਂ ਕਿ ਲੋਕ ਜਾਣਕਾਰੀ ਸਰਕਾਰ ਨੂੰ इजीली ਦੇ ਸਕਣ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਸਪੋਰਟ ਕਰਨ ਇਸੇ ਤਰ੍ਹਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ